ਹੀਰਾ ਚਮਨੀ ਕਿਸੇ ਵੀ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚਮਨੀ ਕਿਸੇ ਵੀ। ਹਾਂਜੀ ਹਲ ਰਾਸ਼ਨ ਵਾਸਤੇ ਪੈਸੇ। ਅੱਛਾ ਜੀ ਦੇਖਿਓ ਜੀ, ਮੈਂ ਕਹਿੰਦੀ ਸੀ ਮੈਨੂੰ 2-3 ਹਜ਼ਾਰ ਰੁਪਇਆ ਹੋਰ ਦੇ ਦਿਓ। ਉਧਰ ਕੋਈ ਸੂਟਾਂ ਦਾ ਘੱਟ ਹੈ? ਉਹ ਘਾਟਾ ਤਾਂ ਹੈ ਨਹੀਂ, ਅਸੀਂ ਪ੍ਰੋਗਰਾਮ ਤੇ ਪਾਉਣੇ ਆ ਸੂਟ ਨਵੇਂ। ਗੱਲ ਨਹੀਂ, ਸੂਟ ਵੀ ਮਿਲ ਜਾਂਦੇ, ਜਿਹੜਾ ਆਹ ਜਾਬੇ ਭਲਾਈ ਤਾਂ ਨਿਬੇੜਿਆ ਵਾ, ਆਹ ਬਿੱਲ ਦੇਖ ਕਿੱਡਾ ਆਇਆ ਪਿਆ। ਕੋਈ ਗੱਲ ਨਹੀਂ, ਉਹ ਵੀ ਹੋ ਜਾਊਗਾ ਕੰਮ ਤੇਰੇ। ਲੈ ਸੂਟਾਂ ਦੇ ਨਾਂ ਤੇ ਐਂ ਤੁਸੀਂ ਬੋਲਣ ਲੱਗ ਪੈਂਦੇ ਨੇ, ਸੂਟ ਲਿਆਉਣ ਲੈ ਕੇ ਮੈਂ ਹੋਰ ਬੰਦਾ ਰੱਖਿਆ ਹੋਇਆ ਆ। ਓਏ ਤੂੰ ਚੋ ਐ ਨਾ ਬੋਲਿਆ ਕਰ ਯਾਰ ਤੂੰ। ਲੈ ਹੋਰ ਕੀ ਬੋਲਾਂ, ਸੂਟਾਂ ਦੇ ਨਾਂ ਤੇ ਤਾਂ ਤੁਸੀਂ ਐਂ ਹੀ ਕਰਦੇ ਰਹਿੰਦੇ, ਵੱਢ ਖਾਣ ਨੂੰ ਪੈਂਦੇ ਨੇ। ਚੱਲ ਕੋਈ ਗੱਲ ਨਹੀਂ, ਆਉਂਦਾ ਹੋਇਆ ਮੈਂ ਲੈ ਕੇ ਆਉਂਦਾ ਪੈਸੇ, ਠੀਕ ਹੈ? ਠੀਕ ਹੈ, ਓਕੇ। ਤੇ ਉਹਨੂੰ ਕਹਿ ਦੇ ਕੁੜੀ ਨੂੰ ਨਾਲੇ ਟਾਈਮ ਨਾਲ ਕਾਲਜ ਵਗ ਜਾ ਕਰੇ। ਠੀਕ ਹੈ, ਕੰਮ ਵਾਲੀ ਹਜੇ ਤੱਕ ਨਹੀਂ ਆਈ ਹੈਗੀ, ਹੈਂ ਅਡੀਕ ਅਡੀਕ ਕੇ ਉਹਨੂੰ ਮੈਂ ਭਾਂਡੇ ਧੋਣ ਲੱਗੀ ਹਾਂ, ਬਾਹਲੀ ਤੰਗ ਕਰਨ ਲੱਗ ਪਈ ਅੱਜ ਕੱਲ੍ਹ। ਉਹ ਵੀ ਟਾਈਮ ਨਾਲ ਆਉਂਦੀ ਨਹੀਂ, ਚੀਜ਼ ਨੂੰ ਕਹਿ ਦਿੰਦੀ ਆ ਆਹ ਵੀ ਚੀਜ਼ ਦੇ ਦੇ, ਉਹ ਵੀ ਚੀਜ਼ ਦੇ ਦੇ, ਕੋਈ ਚੀਜ਼ ਵਾਧੂ ਦਾਲ ਸਬਜ਼ੀ ਨਹੀਂ ਛੱਡਦੀ, ਹੈਂ ਦੇਖ ਦੇਖ ਚੀਜ਼ਾਂ ਮੰਗਦੀ ਰਹਿੰਦੀ ਆ, ਹੁਣ ਆਈ ਨਹੀਂ ਹਜੇ ਤੱਕ ਵੀ। ਹਾਂ ਕੀ ਕਰਾਂ, ਮਨਪ੍ਰੀਤ ਮਨਪ੍ਰੀਤ ਐ ਕਰ, ਮੈਂ ਪਰੌਠੇ ਤੇਰੇ ਲਈ 2 ਬਣਾਤੇ ਆ, ਖਾ ਕੇ ਤੂੰ ਵੀ ਕਾਲਜ ਵਗ ਜਾ। ਹਾਂ ਠੰਡੇ ਹੋ ਜਾਂਦੇ ਆ, ਕੁਛ ਖਾ ਕੇ ਨਹੀਂ ਜਾਂਦੀ, ਬਾਜ਼ਾਰ ਦੀਆਂ ਚੀਜ਼ਾਂ ਘੱਟ ਖਾਇਆ ਕਰ, ਫਿਰ ਢਿੱਡ ਫੜ ਕੇ ਬੈਠੀ ਰਹਿੰਦੀ ਆ, ਮੈਂ ਮੇਰਾ ਢਿੱਡ ਦੁਖਦਾ ਤਾਂ ਕਦੀ ਕਿਤੇ ਦਰਦ ਤਾਂ ਕਦੀ ਕਿਤੇ ਦਰਦ ਨਾ। ਮੈਂ ਕਹਿ ਤਾ ਨਾ ਬਾਜ਼ਾਰ ਦੀ ਚੀਜ਼ ਨਹੀਂ ਖਾਣੀ ਕੋਈ ਵੀ, ਰੋਟੀ ਖਾ ਕੇ ਜਾਣੀ ਆ, ਉੱਥੇ ਖੇਸਵਾ ਖਾਂਦੀ ਰਹਿੰਦੀ ਆ। ਲੈ ਆਹ ਪੈਸੇ ਤਾਂ ਸੰਭਾਲਾਂ ਪਹਿਲਾਂ, ਇੱਥੇ ਪਏ ਨੇ, ਫਿਰ ਬਰਾਸ਼ਨ ਮੰਗਾਉਣੀ ਇਹਨਾਂ ਦਾ, ਦੇਖਦੀ ਹਾਂ ਕੁਛ ਹੋਰ ਕੰਮ ਕਰ ਲਵਾਂ। ਕੁੜੀਏ ਰੋਟੀ ਖਾ। ਅੱਜ ਮਸਾਂ ਹੀ ਸੂਰਜ ਦਾ ਮੂੰਹ ਦੇਖਿਆ, ਬੀਹਾਂ ਪਾਈਆਂ ਦਿਨਾਂ ਬਾਅਦ ਧੁੱਪ ਨਿਕਲੀ, ਅੱਜ ਧੋਣੀ ਆ ਕੱਪੜੇ ਥੋੜ੍ਹੇ ਜਿਹੇ, ਸੁੱਕ ਜਾਣਗੇ ਧੁੱਪੇ। ਮੰਮੀ ਮੈਂ ਚੱਲੀ। ਅੱਛਾ ਠੀਕ ਹੈ, ਰੋਟੀ ਖਾ ਲਈ? ਰੋਟੀ ਨਹੀਂ ਮੈਂ ਖਾਧੀ, ਮੈਂ ਤਾਂ ਆ ਕੇ ਖਾਊ, ਮੈਨੂੰ ਭੁੱਖ ਨਹੀਂ ਸੀ। ਲੈ ਮੈਨੂੰ ਪਤਾ ਹੀ ਸੀ ਮੈਂ ਰੋਟੀ ਖਾਣੀ। ਚੰਗਾ ਮੰਮੀ ਬਾਏ। ਵਿਹਲੇ ਸਰ ਆ ਜਾਈ। ਠੀਕ ਆ। ਕੀ ਕਰੀਏ ਅੱਜ ਕੱਲ੍ਹ ਦੇ ਜਵਾਕਾਂ ਦਾ, ਰੋਟੀ ਨੂੰ ਮੂੰਹ ਨਹੀਂ ਲਾਉਂਦੀ, ਆ ਖੇ ਸਵਾ ਹੋਰ ਦੇ ਦੇ ਬਾਜ਼ਾਰ ਦਾ, ਉਹ ਸਭ ਕੁਛ ਖਾ ਜਾਊਂਗੀ। ਮੈਂ ਬਰਗਰ ਖਾ ਲਿਆ, ਮੈਂ ਮੋਮਸ ਖਾ ਲਿਆ, ਮੈਂ ਪੀਜ਼ਾ ਖਾ ਲਿਆ, ਮੈਂ ਉਹ ਖਾ ਲਿਆ, ਮੈਂ ਉਹ ਖਾ ਲਿਆ, ਪੈਸੇ ਦੀ ਬਰਬਾਦੀ, ਉੱਪਰ ਦੀ ਸਿਹਤ ਫਿਰ ਢਿੱਡ ਫੜ ਕੇ ਬੈਠੂੰਗੀ, ਬਾਹਲਾ ਹੀ ਤੰਗ ਆ ਗਈ ਮੈਂ ਵੀ। ਕਿਵੇਂ ਹੋ ਦੀਪ? ਕਿਵੇਂ ਆ ਗਈ? ਹੋਰ ਘਰੇ ਕਿਵੇਂ ਸੀ? ਸਾਰੇ ਵਧੀਆ, ਤੂੰ ਦੱਸ ਕਿਵੇਂ ਆ? ਠੀਕ ਆ। ਮੈਂ ਸੋਚੀ ਜਾਂਦੀ ਸੀ ਆਪਾਂ ਘੁੰਮਣ ਚੱਲੀਏ। ਘੁੰਮਣ ਯਾਰ? ਫਿਲਮ ਦੇਖ ਕੇ ਆਉਂਦੇ ਅੱਜ ਆਪਾਂ। ਘੁੰਮਣ ਆਪਾਂ ਕਿਸੇ ਠੀਕ ਆ, ਤੁਹਾਡਾ ਮੂਡ ਹੁੰਦਾ ਵੀ ਕਦੋਂ ਆ? ਓਏ ਗੁੱਸੇ ਨਾ ਹੋ, ਪੱਕਾ ਤੈਨੂੰ ਅਗਲੀ ਵਾਰ ਲੈ ਜਾਊਂਗਾ। ਕੰਮ ਤਾਂ ਤੁਹਾਡਾ ਮੈਂ ਕਰਤਾ, ਆ ਲਓ। ਕਿੰਨੇ ਲਈ? 4,000 ਹੀ ਆ ਯਾਰ। 4 ਮਿਲ ਗਿਆ ਬਹੁਤ ਨੀਗਾ ਤੁਹਾਡੇ ਲਈ? ਦੇਖ ਲਓ ਮੈਂ ਘਰੇ ਚੋਰੀ ਵੀ ਕਰਨ ਲੱਗ ਪਈ ਆ,
ਮੈਂ ਇਹ ਵੀ ਮਸਾਂ ਲੈ ਕੇ ਆਈ ਆ। ਜੇ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਆਇਆ ਵੀ ਮੇਰਾ ਪਤਾ ਨਹੀਂ ਕੀ ਬਣੂਗਾ। ਫਿਰ ਤੂੰ ਇੰਨਾ ਕੁ ਵੀ ਨਹੀਂ ਕਰ ਸਕਦੀ, ਫਿਰ ਕਿੱਡੀ ਕੁ ਗੱਲ ਇਹ, ਪੈਸੇ ਲੈ ਕੇ ਆਈ ਆ, ਕੁੜੀਆਂ ਪਤਾ ਕੀ ਕੁਛ ਕਰਦੀਆਂ ਨੇ ਆਪਦੇ ਬੁਆਏਫ੍ਰੈਂਡ ਵਾਸਤੇ। ਤੇ ਫਿਰ ਮੈਂ ਵੀ ਤਾਂ ਕਰੀ ਜਾਂਦੀ ਆ ਨਾ ਜਿੰਨਾ ਕੁ ਮੇਰੇ ਤੋਂ ਹੁੰਦਾ। ਪਰ ਕਿੱਡੀ ਕੁ ਗੱਲ ਆ ਯਾਰ, ਐਂ ਕੀ ਹੁੰਦਾ ਹੁੰਦਾ। ਨਾਲੇ ਮੇਰੀ ਗੱਲ ਸੁਣ ਲਓ, ਅਗਲੀ ਵਾਰ ਤੋਂ ਨਹੀਂ ਮੇਰੇ ਤੋਂ ਇਹੋ ਜਿਹਾ ਅਰੇਂਜਮੈਂਟ ਹੋਣਾਗਾ ਤੁਹਾਡਾ ਕੋਈ ਵੀ। ਮੈਂ ਤਾਂ ਚੱਲੀ ਆਪਦੀ ਕਲਾਸ ਲਾਉਣ। ਚੱਲ ਚੰਗਾ। ਯਾਰ ਇਹ ਤਾਂ ਮੁੱਕਰੀ ਜਾਂਦੀ ਹੈ, ਐਂ ਹੁਣ ਕੰਮ ਕਿਵੇਂ ਚੱਲੂ। ਐਂ ਕਰਦੇ ਆ, ਇਹਨੂੰ ਵੀ ਲਾਉਂਦੇ ਹਾਂ ਸਮਾਨ 'ਤੇ, ਆਪੀ ਲਈ ਜਾਊ ਪੈਸੇ, ਬਥੇਰਾ ਪੈਸਾ ਇਹਦੇ ਬੁੜੇ ਕੋਲ, ਜਦੋਂ ਤੋੜ ਲੱਗੀ ਨਾ ਸਿਆਉਣਾ ਵੀ ਲਿਆਉ ਚੱਕ ਚੱਕ ਕੇ ਤਾਂ। ਚੱਲ ਅੱਜ ਦਾ ਹੱਲ ਤਾਂ ਹੋਇਆ। ਇਹਨੂੰ ਚੰਗਾ ਤਾਂ ਮੈਂ ਗੋਲਡੀ ਤੋਂ ਰਾਸ਼ਨ ਮੰਗਵਾ ਲੈਂਦੀ, ਦੇਖਦੀ ਆ ਫੋਨ ਕਰਕੇ। ਗੋਲਡੀ 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 ਨੂੰ ਕਹਿੰਦੀ ਆ ਵੀ ਪੁੱਤ ਤੂੰ ਹੀ ਰਾਸ਼ਨ ਲਿਆ ਦੇ। ਗੋਲਡੀ ਕਿੱਦਾਂ ਪੁੱਤ ਠੀਕ ਹੋ? ਸਤਿ ਸ਼੍ਰੀ ਅਕਾਲ। ਮੈਂ ਕਹਿੰਦੀ ਸੀ ਮਨਪ੍ਰੀਤ ਕਾਲਜ ਤੋਂ ਲੇਟ ਹੋ ਗਏ ਤੇ ਤੇਰਾ ਚਾਚਾ ਵੀ ਹੈ ਨਹੀਂ ਘਰੇ, ਤੇ ਅਸੀਂ ਬਾਜ਼ਾਰ ਜਾਣਾ ਸੀ, ਸਾਡਾ ਹੁਣ ਪ੍ਰੋਗਰਾਮ ਕੈਂਸਲ ਹੋ ਗਿਆ। ਮੇਰੇ ਤੋਂ ਪੈਸੇ ਲੈ ਜਾ 2000 ਰੁਪਇਆ ਤੇ ਮੈਨੂੰ ਰਾਸ਼ਨ ਲਿਆ ਦੇ ਮੋਟਾ ਮੋਟਾ, ਤੇ ਫਿਰ ਮੈਂ ਬਾਕੀ ਫੇਰ ਲੈ ਆਉਂਗੀ ਤੇਰੇ ਚਾਚੇ ਨਾਲ ਜਾ ਕੇ। ਠੀਕ ਹੈ ਚਾਚੀ, ਚਲ ਆ ਜਾ। ਚੱਲ ਆ ਜਾਣਾ ਪੁੱਤ। ਓਕੇ ਚੱਲ ਗੋਲਡੀ ਨੂੰ ਪੈਸੇ ਦਵਾਂ, ਆਹ ਤਾਂ ਗੇੜਾ ਬਚ ਗਿਆ। ਸੂਟ ਹੁਣ ਕੱਲ ਨੂੰ ਲਿਆਉਂਦੀ ਫਿਰੂਗੀ। ਚੱਲ ਮੈਂ ਜਾਣਾ। ਲੈ ਗੋਲਡੀ ਵੀ ਪਤਾ ਨਹੀਂ ਕਿੱਥੇ ਰਹਿ ਗਿਆ, ਕਦੋਂ ਦਾ ਫੋਨ ਕਰ ਰੱਖਿਆ। ਲੈ ਆ ਹੀ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੋਲਡੀ, ਕਿਵੇਂ ਆ ਪੁੱਤ? ਵਧੀਆ ਜੀ, ਠੀਕ ਹੈ। ਹੋਰ ਠੀਕ ਹੋ? ਹਾਂ ਠੀਕ ਹੈ, ਪਰਿਵਾਰ ਠੀਕ ਹੈ? ਸਾਰੇ ਵਧੀਆ। ਲੈ ਚਾਚੀ ਲਿਆਓ ਪੈਸੇ, ਫਿਰ ਮੈਂ ਲਿਆ ਕੇ ਦਵਾਂ ਛੇਤੀ। ਅੱਛਾ, ਹਨੇਰਾ ਹੋ ਜਾਂਦਾ। ਬਸ ਖੰਡ, ਚਾਹ ਪੱਤੀ, ਰਿਫਾਈਂਡ ਤਾਂ ਇੱਕ ਸਰੋਂ ਦਾ ਤੇਲ। ਪਰਚੀ ਜੀ ਬਣਾ ਕੇ ਦੇ ਦੇ ਚਾਚੀ। ਨਾ ਮੈਂ ਫੋਨ 'ਤੇ ਤੈਨੂੰ ਲਿਖਾ ਦੂੰਗੀ, ਫੋਨ ਕਰ ਲਈ। ਠੀਕ। ਪੈਸੇ ਕਿੱਥੇ ਚਲੇ ਗਏ? ਇੱਕ ਗੁਆਂਢਣ ਆਈ ਸੀ, ਇੱਕ ਕੰਮ ਵਾਲੀ ਆਈ ਸੀ, ਹੁਣ ਮੈਂ ਕਿਹਦਾ ਮੂੰਹ ਕਾਲਾ ਕਰਦਾ? ਗੁਆਂਢਣ ਨੂੰ ਤਾਂ ਕੀ ਪਤਾ ਵੀ ਇੱਥੇ ਸਾਡੇ ਪੈਸੇ ਧਰੇ ਹੋਏ ਨੇ, ਇਹ ਜ਼ਰੂਰ ਕੰਮ ਵਾਲੀ ਲੈ ਗਈ ਹੱਥ ਪੱਲਾ ਮਾਰਦੀ। ਧਰੇ ਵੀ ਇੱਥੇ ਹੀ ਸੀ, ਕਿਤੇ ਇਹੀ ਤਾਂ ਨਹੀਂ ਲੈ ਗਏ? ਨਾ ਨਾ, ਇਹ ਤਾਂ ਮੇਰੇ ਭਾਂਡੇ ਧੋਂਦੀ ਧੋਂਦੀ ਚਲੇ ਗਏ ਸੀ। ਮਨਪ੍ਰੀਤ ਨਾ ਲੈ ਗਈ ਹੋਵੇ ਕਿਤੇ ਲੋੜ? ਨਾ ਨਾ, ਜੇ ਮਨਪ੍ਰੀਤ ਲੈ ਕੇ ਜਾਂਦੀ ਉਹ ਤਾਂ ਮੇਰੇ ਤੋਂ ਪੁੱਛ ਕੇ ਲੈ ਕੇ ਜਾਂਦੀ, ਪਹਿਲਾਂ ਵੀ ਤਾਂ ਉਹ ਮੰਗ ਕੇ ਹੀ ਲੈ ਕੇ ਜਾਂਦੀ ਆ। ਕਮਾਲ ਹੋ ਗਈ ਹੈ, ਦਿਨੇ ਦਿਹਾੜੇ ਚੋਰੀ ਹੋ ਗਈ। ਚੱਲ ਮਨਪ੍ਰੀਤ ਆਈ ਤਾਂ ਗੱਲ ਕਰੂੰਗੀ, ਇਹ ਪੱਕਾ ਕੰਮ ਵਾਲੀ ਦਾ ਕੰਮ ਹੀ ਆ। ਚੱਲ
ਚੱਲ ਕੇਰਾ ਗੋਲਡੀ ਨੂੰ ਤਾਂ ਹੁਣ ਮੈਂ ਕਹਾਂ, ਉਹਨੂੰ ਕਾਹਨੂੰ ਬਿਠਾ ਰੱਖਿਆ ਵਿਚਾਰੇ ਨੂੰ। ਚੱਲ ਗੋਲਡੀ ਪੁੱਤ, ਮੈਨੂੰ ਲੱਗਦਾ ਤੇਰਾ ਚਾਚਾ ਰੱਖ ਕੇ ਹੀ ਨਹੀਂ ਗਿਆ ਪੈਸੇ। ਮੈਂ ਉਹਨੂੰ ਸਵੇਰੇ ਕਿਹਾ ਸੀ ਵੀ ਉਹ ਡੱਬੇ ਦੇ ਥੱਲੇ ਰੱਖ ਦੇ ਪੈਸੇ, ਮੈਂ ਧੋਂਦੀ ਸੀ ਭਾਂਡੇ ਤੇ ਮੈਨੂੰ ਲੱਗਦਾ ਮੈਨੂੰ ਹੁਣ ਮਿਲੇ ਨਹੀਂ ਕਿਤੇ। ਤੇਰਾ ਚਾਚਾ ਹੀ ਲੈ ਆਊਗਾ ਰਾਸ਼ਨ। ਹੈ ਚਲੋ, ਨਹੀਂ ਮੈਂ ਕੋਲੋਂ ਲੈ ਆਉਣਾ। ਨਹੀਂ ਕੋਈ ਨਹੀਂ, ਮੈਂ ਤੇਰੇ ਚਾਚੇ ਨੂੰ ਫੋਨ ਕਰ ਦੂੰਗੀ, ਉਹ ਲੈ ਆਊਗਾ ਰਾਸ਼ਨ। ਮੈਨੂੰ ਹੁਣ ਅੱਗ ਲੱਗਣੇ ਪੈਸੇ ਨਹੀਂ ਲੱਭਦੇ, ਕਿੱਥੇ ਰੱਖ ਹੋ ਗਏ, ਉਹ ਰੱਖ ਗਿਆ ਕਿ ਮੇਰੇ ਤੋਂ ਕਿਤੇ ਰੱਖ ਹੋ ਗਏ ਆ। ਠੀਕ ਹੈ ਜੀ, ਹਾਂ ਚੱਲ ਠੀਕ ਹੈ, ਤੂੰ ਕਰ ਲਾ ਕੰਮ। ਹੈ ਜਿਹੜਾ ਠੀਕ ਹੈ, ਠੀਕ ਹੈ, ਠੀਕ ਹੈ। ਦੱਸ, ਮੈਂ 2 ਵਾਰ ਫੋਨ ਵੀ ਕਰਿਆ, ਕੁੜੀ ਹਜੇ ਤੱਕ ਨਹੀਂ ਆਈ, ਨਾ ਫੋਨ ਦਾ ਕੋਈ ਜਵਾਬ ਦਿੱਤਾ। ਮੈਨੂੰ ਫਿਕਰ ਲੱਗਾ ਆ, ਕਿਹੜਿਆਂ ਵੇਲਿਆਂ ਦੀ ਗਈ ਹੋਈ ਆ ਤਾਂ ਕਿਹੜਾ ਵੇਲਾ ਆ ਗਿਆ। ਲੈ ਆਈ ਗਈ ਮਨਪ੍ਰੀਤ। ਹਾਂਜੀ ਮੰਮੀ। ਉਰਾ ਇੱਧਰ ਆ, ਵੇਲਾ ਕਾਲਜ ਤੋਂ ਮੰਨਦਾ ਆ। ਓਹੋ ਮੰਮੀ, ਅੱਜ ਮੈਂ ਆਪਣੀਆਂ ਸਹੇਲੀਆਂ ਨਾਲ ਗਈ ਸੀ। ਫੋਨ ਤਾਂ ਚੱਕਣ ਦਾ ਪਤਾ ਹੀ ਆ ਵੀ ਮਾਂ ਫੋਨ ਕਰਦੀ ਆ। ਫੋਨ ਮੇਰਾ ਸਾਇਲੈਂਟ ਸੀ ਮਾਂ ਮੇਰੀ, ਸਾਇਲੈਂਟ ਸੀ ਉੱਥੇ। ਆ ਸੋਹਣਾ ਬਹਾਨਾ ਆ ਵੀ ਫੋਨ ਦੀ ਰਿੰਗ ਬੰਦ ਕਰ ਰੱਖੀ ਸੀ। ਅੱਛਾ ਛੱਡ, ਮੈਨੂੰ ਇਹ ਪਹਿਲਾਂ ਦੱਸ ਵੀ ਰਸੋਈ ਵਿੱਚ 4000 ਰੁਪਈਆ ਪਿਆ ਸੀ, ਤੂੰ ਲੈ ਕੇ ਗਈ ਆ? ਨਾ ਮੰਮੀ, ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਕਦੇ ਪੈਸੇ ਲੈ ਕੇ ਗਈ ਹਾਂ, ਨਾਲ ਜੇ ਮੈਨੂੰ ਲੋੜ ਹੋਊਗੀ ਮੈਂ ਤੁਹਾਡੇ ਤੋਂ ਹੀ ਮੰਗੂੰਗੀ ਨਾ। ਉਹ ਮੈਂ ਗਲਾਸਾਂ ਦੇ ਥੱਲੇ 4000 ਰੁਪਈਆ ਰੱਖਿਆ ਸੀ ਤੇਰਾ, 4000 ਰੁਪਈਆ। ਮੈਂ ਕਿਹਾ ਚੱਲ ਤੂੰ ਮੋਟਾ ਮੋਟਾ ਸਮਾਨ ਮੰਗਾ ਲੈਂਦੀ ਹਾਂ, ਅਤੇ ਉਹ ਮੈਂ ਗੋਲਡੀ ਨੂੰ ਫੋਨ ਕੀਤਾ, ਉਹ ਆਇਆ ਤਾਂ ਮੈਨੂੰ ਪੈਸੇ ਨਹੀਂ ਲੱਭੇ। ਉਦੋਂ ਪਹਿਲਾਂ ਇੱਕ ਗੁਆਂਢਣ ਆਈ ਸੀ, ਇੱਕ ਕੰਮ ਵਾਲੀ ਆਈ ਸੀ, ਗੁਆਂਢਣ ਨੂੰ ਤਾਂ ਕਿਆ ਪਤਾ ਵੀ ਕਿੱਥੇ ਪੈਸੇ ਪਏ ਕਿੱਥੇ ਨਹੀਂ। ਮੰਮੀ ਉਹ ਕੰਮ ਵਾਲੀ ਨੇ ਨਾ ਸਾਫ਼ ਸਫਾਈ ਕਰਦੀ ਨੇ, ਹੱਥ ਹੁੱਥ ਮਾਰ ਲਿਆ ਹੋਣਾ ਉੱਥੇ, ਤੇ ਉਹਨੂੰ ਮਿਲ ਗਏ ਹੋਣੇ ਆ ਪੈਸੇ, ਕੀ ਪਤਾ ਉਹੀ ਲੈ ਗਈ ਹੋਵੇ। ਹੱਦ ਹੋਈ ਪਈ ਆ, ਹੁਣ ਪੈਸੇ ਵੀ ਮੈਂ ਪੇਟੀਆਂ 'ਚ ਮੁੜ ਪੇਟੀ ਖੋਲ੍ਹਾਂ ਤਾਂ ਨਾਲੇ ਟਰੰਕ ਖੋਲ੍ਹਾਂ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਤੇਰਾ ਪਿਓ ਸਾਂਭ ਕੇ ਰੱਖਿਆ ਕਰੋ ਪੈਸੇ ਧੇਲੇ ਨੂੰ। ਸੰਭਾਲ ਕੇ ਹੁਣ ਮੈਂ ਕਿੱਥੇ ਰੱਖਾਂ, ਕਿਚਨ 'ਚ ਹੀ ਰੱਖੇ ਸੀ। ਕਿਚਨ ਵੀ ਕੋਈ ਰੱਖਣ ਵਾਲੀ ਜਗ੍ਹਾ ਹੈ? ਦੇਖਦੀ ਹਾਂ ਹੁਣ ਉਹ ਮੈਨੂੰ ਆ ਕੇ ਗਾਲਾਂ ਦੇਵਾਂਗਾ। ਚਲੋ ਮੰਮੀ, ਮੈਂ ਤਾਂ ਥੱਕੀ ਪਈ ਹਾਂ, ਚਾਹ ਬਣਾ ਦਿਓ ਮੈਨੂੰ। ਬਣਾ ਦਿੰਦੀ ਹਾਂ ਚਾਹ ਤਾਂ ਮੈਂ, ਦਿਨੇ 4 ਪੈ ਗਏ, ਹੱਦ ਹੋ ਗਈ। 10 ਰੁਪਈਏ ਗੁਆਚੇ ਨਹੀਂ ਮਾਣ ਹੈਗੇ, ਇਹ ਤਾਂ ਹੈ 4000 ਰੁਪਈਆ। ਕੋਈ ਨਹੀਂ, ਆਨੇ ਬਹਾਨੇ ਨਾਲ ਕੰਮ ਵਾਲੀ ਨੂੰ ਪੁੱਛੂੰਗੀ। ਹੁਣ ਸਿੱਧਾ ਜੇ ਕਹਾਂ ਤਾਂ ਕੰਮ ਛੱਡ ਦੂੰਗੀ, ਸਿਆਲ ਮਹੀਨਾ ਮੇਰੇ ਤੋਂ ਤੱਕਦੀ ਕੱਪੜੀ ਵੀ ਨਹੀਂ ਧੋ ਹੁੰਦੇ। ਚੱਲ ਦੇਖਦੀ ਹਾਂ ਮਸ਼ੀਨਾਂ 'ਚ ਨਿਖਰਦੇ ਨਹੀਂ, ਭੱਜ ਜੂੰਗੀ ਉਹ ਤਾਂ। ਚਲ ਠੀਕ ਆ ਮੰਮੀ, ਮੈਂ ਚੱਲੀ। ਕੁੜੀਏ ਟਾਈਮ ਨਾਲ ਘਰ ਨੂੰ ਆਈ, ਜੇ ਮੈਂ ਫੋਨ ਕੀਤਾ ਫੋਨ ਚੱਕ ਵੀ ਲਈ। ਹਾਂਜੀ ਠੀਕ ਆ। ਚੰਗਾ ਮਨਪ੍ਰੀਤ, ਪਾਣੀ ਪਾਈ ਇੱਥੇ। ਦੀਪ ਕੀ ਮਿਲਦਾ ਤੈਨੂੰ ਇਹ ਸਾਰਾ ਕੁਝ ਕਰਕੇ? ਇਹ ਪਤਾ ਕੀ ਆ, ਇਹਦੇ ਨਾਲ ਯਾਰ ਤੈਨੂੰ ਪਤਾ, ਨਾ ਤਾਂ ਮੈਨੂੰ ਕੋਈ ਜੋਬ ਮਿਲਦੀ ਆ ਯਾਰ, ਅਤੇ ਨਾ ਹੀ ਮੇਰਾ ਕੋਈ ਬਾਹਰ ਬੂਰ ਦਾ ਬਣਦਾ। ਮੇਰੇ ਤਾਂ ਦਿਮਾਗ 'ਤੇ ਨਾ ਟੈਨਸ਼ਨ ਬੜੀ ਰਹਿੰਦੀ ਆ,
ਇਹ ਮੈਂ ਟੈਨਸ਼ਨ ਕਰਕੇ ਯਾਰ ਬਸ ਇਹਦੇ ਨਾਲ ਥੋੜ੍ਹਾ ਜਿਹਾ ਰਿਲੈਕਸ ਫੀਲ ਹੋ ਜਾਂਦਾ ਮੈਨੂੰ। ਪਾਈ ਪਾਣੀ ਪਾਈ। ਕਿੰਨੇ ਕਿੰਨੇ ਪੈਸੇ ਬਰਬਾਦ ਕਰਦਾ ਤੂੰ ਇਹਦੇ ਪਿੱਛੇ। ਓਏ ਨਹੀਂ ਕੁਛ ਨਹੀਂ ਹੁੰਦਾ ਯਾਰ। ਫੜ ਪਾ ਦੇ ਇਹ ਚ ਥੋੜ੍ਹਾ ਜਿਹਾ। ਪਰ ਮੈਨੂੰ ਤਾਂ ਲੱਗਦਾ ਇਹ ਬਹੁਤ ਗਲਤ ਹੈਗਾ। ਉਹ ਗਲਤ ਗੁਲਤ ਕੁਛ ਨਹੀਂ ਹੈਗਾ, ਤੂੰ ਨਾ ਇੱਕ ਵਾਰੀ ਲਾ ਕੇ ਦੇਖੀ ਫਿਰ ਤੈਨੂੰ ਗਲਤ ਸਹੀ ਦਾ ਪਤਾ ਲੱਗੂ। ਲੈ ਦੇਖ ਤੂੰ ਵੀ ਲਾ ਕੇ ਦੇਖ। ਮੈਂ ਤਾਂ ਕੋਈ ਨਹੀਂ ਲਾਉਂਦੀ। ਲੈ ਫੜਾ। ਦੇਖ ਤੂੰ ਮੈਨੂੰ ਪਿਆਰ ਨਹੀਂ ਕਰਦਾ। ਯਾਰ ਤੈਨੂੰ ਮੈਂ ਬਾਲਾ ਪਿਆਰ ਕਰਦਾ, ਤੂੰ ਮੇਰੀ ਗੱਲ ਮੰਨ। ਫਿਰ ਤੂੰ ਆ ਸਾਰਾ ਕੁਝ ਛੱਡ ਦੇਣਾ। ਇੱਕ ਵਾਰ ਲਾ ਕੇ ਤਾਂ ਦੇਖ ਤੂੰ, ਤੈਨੂੰ ਆਪੇ ਪਤਾ ਲੱਗ ਜੂਗਾ ਵੀ ਕੀ ਚੀਜ਼ ਆ ਇਹ। ਸਾਰੀ ਦਿਮਾਗ ਤੋਂ ਸਾਰੀ ਟੈਨਸ਼ਨ ਚੱਕ ਦੂ। ਲੈ ਫੜਾ ਉਹ ਲਾ। ਤੂੰ ਮੈਨੂੰ ਪਿਆਰ ਨਹੀਂ ਕਰਦੀ? ਪਿਆਰ ਤਾਂ ਕਰਦੀ ਆ। ਫਿਰ ਜੇ ਤੂੰ ਮੈਨੂੰ ਪਿਆਰ ਕਰਦੀ ਆ ਨਾ ਤਾਂ ਇੱਕ ਵਾਰੀ ਮੇਰੇ ਕਹੇ ਤੋਂ, ਸਿਰਫ ਇੱਕ ਵਾਰੀ ਇੱਕ ਲੈਣ ਲਾ ਲਾ ਬਸ। ਲੈ ਲੈ ਲਾ ਲਾ ਲੈ ਲਾ ਪੁੱਤ ਬਣ ਕੇ ਇਹਨੂੰ ਮੂੰਹ 'ਚ ਪਾ ਕੇ ਨਾ ਖਿੱਚ ਲਈ। ਲਾ ਮੂੰਹ 'ਚ ਪਾ ਨਾ ਖਿੱਚ। ਕੋਈ ਨਹੀਂ ਕੋਈ ਨਹੀਂ। ਲੈ ਇੱਕ ਵਾਰੀ ਹੋਰ ਲਾ, ਇੱਕ ਵਾਰੀ ਹੋਰ ਲਾ। ਇੱਕ ਵਾਰੀ ਲਾ ਤਾਂ ਸਹੀ ਪੁੱਤ ਬਣ ਕੇ। ਲੈ ਲੈ ਮੂੰਹ 'ਚ ਪਾ ਇਹਨੂੰ। ਕੋਈ ਨਹੀਂ ਕੋਈ ਨਹੀਂ। ਤੂੰ ਕੱਲ ਨੂੰ ਨਾ ਹੋਰ ਪੈਸੇ ਲੈ ਕਰੋ। ਇਹਦੇ ਨਾਲ ਸੱਚੀ ਦਿਮਾਗ ਤੋਂ ਸਾਰੀ ਟੈਨਸ਼ਨ ਲੈ ਜਾਂਦੀ। ਤੂੰ ਦੇਖੀ ਜਿਵੇਂ ਜਿਵੇਂ ਟਾਈਮ ਹੋਈ ਜਾਊਗਾ ਨਾ ਇਹ ਹੋਰ ਨਸ਼ਾ ਹੋਈ ਜਾਊ, ਨਜ਼ਾਰੇ ਜੇ ਤਾਉਣ ਲੱਗ ਗਏ ਹਨਾ ਐਂ ਵਧੀਆ ਵਧੀਆ ਜਿਹਾ ਲੱਗਣ ਲੱਗ ਜਾਂਦਾ ਥੋੜ੍ਹਾ ਥੋੜ੍ਹਾ ਜਿਹਾ ਇਹਦੇ ਨਾਲ। ਤੂੰ ਕੱਲ੍ਹ ਨੂੰ ਹੋਰ ਪੈਸੇ ਲਿਆਈ ਜਾਂਦਾ। ਚੱਲ ਠੀਕ ਆ, ਚੱਲਦੀ ਹਾਂ ਮੈਂ। ਚੰਗਾ ਓਏ ਗੱਲ ਸੁਣੀ। ਕੀ ਹੋਇਆ? ਉਰੇ ਬੈਠ ਰਿਹਾ ਮੈਂ ਨਾ ਤੇਰੇ ਕੋਲ। ਆ ਲੈ ਗੋਲੀ ਲੈ ਜਾ, ਜੇ ਤੜਕੇ ਨਾ ਤੇਰਾ ਸਰੀਰ ਜਾ ਟੁੱਟਿਆ ਤਾਂ ਗੋਲੀ ਲੈ ਲਈ ਚੰਗਾ। ਕਈ ਵਾਰੀ ਔਖਾ ਜਿਹਾ ਹੋਣ ਲੱਗ ਜਾਂਦਾ ਬੰਦਾ। ਹਾਂ ਚੱਲ ਚੰਗਾ ਤੂੰ ਜਾ ਫਿਰ, ਧੁੰਦਾ ਦੇਖ ਕੇ ਜਾਈ। ਲੈ ਵੀ ਮੈਂ ਤੇਰਾ ਬਣ ਗਿਆ ਕੰਮ।
ਹੁਣ ਤੋੜੇ ਨੂੰ ਵੀ ਲੱਗਿਆ ਕਰੂ ਤੇ ਪੈਸੇ ਨੂੰ ਵੀ ਚਾਹੀਦੇ ਹੋਇਆ ਕਰਨਗੇ। ਆਪੀ ਆਪਦੇ ਪਿਓ ਕੋਲੋਂ ਚੱਕ ਕੇ ਲਿਆਇਆ ਕਰੂ। ਆਪਣੇ ਸਮਾਨ ਦਾ ਪੱਕਾ ਹੱਲ ਹੋ ਗਿਆ, ਹੁਣ ਡੋਜ ਵਧਾਈ ਜਾਣੀ ਹੈ ਜੀ। ਮਨਪ੍ਰੀਤ, ਮਨਪ੍ਰੀਤ ਤੂੰ ਕਿਹੜੀ ਵੇਲੇ ਆ ਗਏ ਕਾਲਜ ਤੋਂ? ਮੰਮੀ ਤੁਹਾਨੂੰ ਪਤਾ ਨਹੀਂ ਲੱਗਿਆ? ਮੈਨੂੰ ਨਹੀਂ ਪਤਾ ਲੱਗਾ, ਮੈਂ ਤਾਂ ਰਸੋਈ 'ਚ ਕੰਮ ਕਰਦੀ ਸੀ। ਨਾਲੇ ਤੂੰ ਐਂ ਅੱਖਾਂ ਜਿਹੀਆਂ ਕਿਉਂ ਕਰੀ ਜਾਂਦੀ ਆ? ਮੰਮੀ ਅੱਜ ਮੇਰੀ ਗਿੱਧੇ ਦੀ ਪ੍ਰੈਕਟਿਸ ਸੀ, ਮੈਂ ਤਾਂ ਥੱਕ ਗਈ ਸਾਰਾ ਦਿਨ। ਅੱਛਾ, ਚਾਹ ਦਾ ਕੱਪ ਬਣਾ ਦੇਵਾਂ ਤੈਨੂੰ? ਨਹੀਂ ਮੰਮੀ, ਮੈਂ ਕੁਛ ਨਹੀਂ ਪੀਣਾ। ਕੁਛ ਖਾ ਲੈਂਦੀ ਫਿਰ? ਨਹੀਂ ਮੈਨੂੰ ਭੁੱਖ ਨਹੀਂ। ਇੰਨਾ ਟਾਈਮ ਹੋ ਗਿਆ, ਜਾਗ ਹੀ ਨਹੀਂ ਆਈ। ਕਿੰਨਾ ਟਾਈਮ ਸੁੱਤੇ ਰਹੇ ਮੈਂ, ਮੇਰੇ ਸਰੀਰ ਚੋਂ ਕਾਹਤੋਂ ਇੰਨਾ ਟੁੱਟੀ ਜਾਂਦਾ ਯਾਰ। ਦੀਪ ਨੂੰ ਫੋਨ ਲਾਉਂਦੀ ਹਾਂ ਮੈਂ। ਹੈਲੋ। ਹਾਂਜੀ ਦੀਪ। ਯਾਰ ਮੇਰਾ ਬਹੁਤ ਸਰੀਰ ਟੁੱਟ ਜਾਂਦਾ। ਉਹ ਕੋਈ ਨਹੀਂ, ਪਹਿਲੀ ਵਾਰ ਨਾ ਐਵੇਂ ਹੁੰਦਾ ਹੀ ਹੁੰਦਾ। ਯਾਰ ਮੇਰੇ ਤੋਂ ਉੱਠਿਆ ਵੀ ਨਹੀਂ ਜਾਂਦਾ। ਉਹ ਕੋਈ ਨਹੀਂ, ਕੁਛ ਨਹੀਂ ਹੁੰਦਾ, ਤੂੰ ਨਾ ਐਂ ਕਰ, ਜਿਹੜੀ ਮੈਂ ਤੈਨੂੰ ਗੋਲੀ ਨਹੀਂ ਦਿੱਤੀ ਇੱਕ, ਹਾਂ ਕੱਲ ਤੂੰ ਉਹ ਗੋਲੀ ਲੈ ਲਾ, ਹੁਣ ਉਹਦੇ ਨਾਲ ਹੋ ਜੂ ਸੈੱਟ ਤੇ ਫਿਰ ਆ ਜੀ ਦਿਨੇ ਮੇਰੇ ਕੋਲ। ਠੀਕ ਆ, ਮੈਂ ਉਹ ਗੋਲੀ ਲੈਂਦੀ ਹਾਂ। ਪਾਣੀ, ਪਾਣੀ ਲੈਣ ਜਾਣਾ ਪੈਣਾ। ਦੇਖਾ
ਤਾਂ ਸਹੀ ਕੀ ਲੱਭ ਰਹੀ ਸੀ। ਹਾਏ ਮੇਰੇ ਕਾਂਟੇ, ਮੇਰੀਆਂ ਟੁੰਮਾਂ ਵਿੱਚੋਂ ਕਾਂਟਿਆਂ ਦਾ ਜੋੜਾ ਹੈ ਨਹੀਂ। ਮਨੂ ਦੇ ਡੈਡੀ, ਮਨੂ ਦੇ ਡੈਡੀ! ਹਾਂਜੀ, ਆ ਗੱਲ ਸੁਣਿਓ ਮਾੜੀ ਜੀ ਮੇਰੀ। ਕੀ ਗੱਲ ਹੋ ਗਈ, ਅੱਗੇ ਘਬਰਾਈ ਖੜੀ ਹੈ ਤੂੰ? ਘਬਰਾਉਣਾ ਨਹੀਂ ਤਾਂ ਹੋਰ ਕੀ ਕਰਾਂ ਜੀ, ਕੰਮ ਸਾਰਾ ਖਰਾਬ ਹੋ ਗਿਆ। ਕੀ ਹੋ ਗਿਆ? ਮੈਂ ਤਾਂ ਉੱਧਰੋਂ ਕੱਪੜੇ ਸੁੱਕਣੇ ਪਾ ਕੇ ਆ ਰਹੀ ਸੀ, ਮਨੂ ਮੇਰੀ ਅਲਮਾਰੀ ਫਰੋਲਦੀ ਸੀ। ਮੇਰਾ ਇੱਕ ਦਿਨ ਵੀ 4000 ਰੁਪਈਆ ਗੈਬ ਹੋਇਆ, ਅਤੇ ਹੁਣ ਮੇਰਾ ਕਾਂਟਿਆਂ ਦਾ ਜੋੜਾ ਹੈ ਨਹੀਂ, ਬਾਕੀ ਟੁੰਮਾਂ ਪਈਆਂ, ਕਾਂਟਿਆਂ ਦਾ ਜੋੜਾ ਲੈ ਗਈ। ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਨੂੰ ਪਤਾ ਨਹੀਂ ਸੀ ਜੀ, ਮੈਂ ਕਿਹਾ ਕੰਮ ਵਾਲੀ ਲੈ ਗਈ ਚੱਕ ਕੇ ਪੈਸੇ ਮੇਰੇ, ਤੁਸੀਂ ਆਓ ਉਹਦਾ ਆਪਾਂ ਅਲਮਾਰੀ ਫਰੋਲਦੇ ਹਾਂ ਜੀ। ਚੱਲ 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 ਆ ਜਾਓ ਜੀ, ਆਪਾਂ ਕਮਰਾ ਦੇਖਦੇ ਹਾਂ। ਤੇਰੀ ਚ ਮਲਾਈ ਹੋਈ ਹੈ, ਆ ਨਾ ਜਾਵੇ ਕੋਈ। ਕਦੇ ਸੂਟ ਲੈ ਕੇ ਉਹਨੇ ਪੈਸੇ ਦੇ ਦਿਓ, ਕਦੇ ਆਹ ਚੀਜ਼ ਲੈ ਕੇ ਉਹਨੇ ਪੈਸੇ ਦੇ ਦਿਓ। ਅਕਦਾਪਕ ਤੂੰ ਬਾ ਦੇਖਦੀ ਆ? ਮੈਨੂੰ ਤਾਂ ਕੁਛ ਨਹੀਂ ਸਮਝ ਆਉਂਦੀ ਜੀ, ਕੀ ਕੀ ਹੋ ਗਿਆ? ਆ ਦੇਖੋ ਜੀ, ਸਰਿੰਜ ਵੀ। ਸਿਗਟਾਂ, ਹਾਏ ਮੈਂ ਪੱਟੀ ਗਈ। ਬਸ ਤੂੰ ਮੂੰਹ ਤੇ ਐਂ ਜਿੰਦਾ ਲਾ ਲੈ, ਆਪਾਂ ਸ਼ਾਮ ਨੂੰ ਪੁੱਛਦੇ ਹਾਂ ਉਹਨੂੰ। ਮੈਂ ਇਸ ਦਿਨ ਵਾਸਤੇ ਉਹਨੂੰ ਪਾਲ ਕੇ ਵੱਡੀ ਕੀਤਾ ਸੀ, ਕੀ ਕੀ ਸੁਪਨੇ ਸੀ ਸਾਡੇ ਉਹਦੇ ਲਈ। ਤੂੰ ਠੀਕ ਹੋ? ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਆਪਾਂ ਕੁੜੀ ਨੂੰ ਸ਼ਾਮ ਨੂੰ ਪੁੱਛਦੇ ਹਾਂ, ਕੀ ਪਤਾ ਕਿਸ ਦੀ ਹੋਰ ਹੋਣ। ਮੇਰੇ ਪੈਸੇ ਵੀ ਜੀ ਇਹਨੇ ਕੱਢੇ ਸੀ। ਉਹ ਪੈਸਿਆਂ ਨੂੰ ਮਾਰ ਗੋਲੀ, ਮੈਨੂੰ ਲੱਗਦਾ ਇੱਦਾਂ ਨਸ਼ੇ ਤੇ ਲਾ ਤਾ ਇਹਨੂੰ ਕਿਸੇ ਨੇ। ਹਾਏ ਜੀ ਮੇਰੀ ਕੁੜੀ, ਤੂੰ ਬਿਮਾਰ ਹੋ ਜਾਏਗੀ। ਕੋਈ ਗੱਲ ਨਹੀਂ, ਕੁੜੀ ਨੂੰ ਪੁੱਛ ਲਾਂਗੇ ਆਪਾਂ, ਕੀ ਪਤਾ ਉਹਦਾ ਕਿਸੇ ਫਰੈਂਡ ਦੀਆਂ ਹੋਣ, ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨਹੀਂ, ਤੇ ਨਾਲੇ ਚੁੱਪ ਰਹੀ, ਠੀਕ ਹੈ? ਠੀਕ ਇਹ ਲੁਕੋ ਦੋ, ਲੁਕੋ ਦੋ, ਦੇਖ ਕੇ ਮੇਰੇ ਦਿਲ ਨੂੰ ਖੁਸ਼ ਹੁੰਦਾ। ਰੱਬਾ, ਮੈਂ ਕਿਹੜਾ ਐਡਾ ਮਾੜਾ ਕਰਮ ਕਰਦਾ ਰੱਬਾ ਮੇਰਿਆ, ਜਿਹੜਾ ਮੈਨੂੰ ਐਡੀ ਸਜ਼ਾ ਦੇ ਦਿੱਤੀ ਤੂੰ। ਮੇਰੀ ਇੱਕੋ ਇੱਕ ਧੀ, ਵਾਹਿਗੁਰੂ ਮਿਹਰ ਕਰੀ। ਕਿਵੇਂ ਆ? ਠੀਕ ਆ। ਲੈ ਸਮਾਨ। ਹਾਂ ਲੈ। ਆ ਕੀ ਹੈ? ਮੈਨੂੰ ਪੈਸੇ ਪੂਸੇ ਨਹੀਂ ਇਸ ਵਾਰੀ ਘਰੋਂ ਮਿਲੇ, ਮੰਮੀ ਦੇ ਕਾਂਟੇ ਪਏ ਸੀ, ਲੋ ਉਹੀ ਚੱਕ ਕੇ ਲਵਾ ਵਿੱਚ ਪਾ ਰਹੇ ਹੁੰਦੇ। ਚੱਲ ਵਧੀਆ, ਇਹ ਨਾ ਸਮਾਨ ਤਾਂ ਅੱਜ ਮੈਂ ਉਧਾਰ ਫੜ ਲਿਆ ਸੀ, ਅਤੇ ਇਹ ਮੈਂ ਹੁਣ ਵੇਚ ਕੇ ਸਾਰੇ ਉਦੋਂ ਪੈਸੇ ਮੋੜ ਲਿਆ। ਨਲਦੀਪ, ਅੱਗੇ ਤਾਂ ਯਾਰ ਮੈਂ ਮਾੜਾ ਮੋਟਾ ਘਰ ਦਾ ਕੰਮ ਵੀ ਕਰ ਲੈਂਦੀ ਸੀ ਉੱਠ ਕੇ, ਹੁਣ ਨਹੀਂ ਮੇਰੇ ਤੋਂ ਕੁਛ ਵੀ ਹੁੰਦਾ, ਪਤਾ ਨਹੀਂ ਮੇਰਾ ਤਾਂ ਸਰੀਰ ਜਿਹਾ ਹੀ ਟੁੱਟਦਾ ਰਹਿੰਦਾ ਸਾਰਾ ਦਿਨ। ਮੈਂ ਵੀ ਤੈਨੂੰ ਆਈ ਕਹਿਣਾ ਸੀ, ਸਰੀਰ ਜਿਹਾ ਯਾਰ ਮੇਰਾ ਵੀ ਟੁੱਟੀ ਜਾਂਦਾ ਰਹਿੰਦਾ, ਅਤੇ ਪਤਾ ਕਿਉਂ ਹੁੰਦਾ? ਪਹਿਲਾਂ ਆਪਾਂ ਜਦੋਂ ਲੱਗੇ ਸੀ ਪੰਨੀ 'ਤੇ ਉਦੋਂ ਤਾਂ ਆਪਾਂ ਨੂੰ ਮਾੜੇ ਮੋਟੇ ਨਾਲ ਅਸਰ ਹੋ ਜਾਂਦਾ ਸੀ, ਹੁਣ ਇਹ ਅਸਰ ਕਰਨ ਨੂੰ ਹਟ ਗਿਆ। ਹੁਣ ਇੰਨੇ ਆਪਣੇ ਕੋਲ ਪੈਸੇ ਵੀ ਨਹੀਂ ਹੁੰਦੇ ਵੀ ਆਪਾਂ ਬਾਹਲਾ ਪੀ ਲਿਆ ਕਰੀਏ, ਹੁਣ ਇਹਦਾ ਤਾਂ ਇੱਕ ਹੋਰ ਹੱਲ ਹੈਗਾ ਮੇਰੇ ਕੋਲ।
ਕੀ? ਆ ਦੇਖੋ ਮੈਂ ਕਰਕੇ ਲਿਆ। ਹੁਣ ਆਪਾਂ ਇਹਦੇ ਨਾਲ ਸਾਰਿਆ ਕਰਾਂਗੇ। ਤੀ ਪਏ ਕੁਝ ਜ਼ਿਆਦਾ ਨਹੀਂ ਹੋ ਜਾਊਗਾ? ਉਹ ਜ਼ਿਆਦਾ ਨਹੀਂ, ਇਹਦਾ ਇਹਦੇ ਨਾਲ ਆਪਾਂ ਨੂੰ ਘੱਟ ਨਾਲ ਸਰ ਜਾਇਆ ਕਰੂ, ਨਾਲੇ ਪੈਸੇ ਘੱਟ ਲੱਗਿਆ ਕਰਨਗੇ ਆਪਣੇ, ਤੇ ਨਾਲੇ ਸਿੱਧਾ ਹਿੱਟ ਕਰਦਾ ਜਾਵਾਂ, ਨਜ਼ਾਰੇ ਲਿਆ ਦਿਆ ਕਰੂ, ਸਰਗਾਂ ਦੇ ਝੂਟੀ ਆਇਆ ਕਰਨਗੇ। ਲੈ ਮੈਂ ਬਣਾਉਣਾ। ਜਿਹਦੇ ਘਰ ਮੈਂ ਘਰੇ ਵੀ ਜਾਣਾ। ਬਾਬ ਜੀ ਘਰੇ ਘਰੇ ਨੂੰ ਦੱਸ ਕੀ ਹੁੰਦਾ, ਘਰੇ ਰਹਿਣੀ ਆ ਸਾਰਾ ਦਿਨ। ਆ ਫੜ ਪਾਣੀ। ਸਹੀ ਗੱਲ ਆ ਤੇਰੀ, ਮੈਨੂੰ ਪੀ ਕੇ ਤਾਂ ਬੰਦਾ ਜਮਾਂ ਹੀ ਨਹੀਂ ਪਤਾ ਲੱਗਦਾ ਕਿੱਥੇ ਫਿਰਦਾ। ਇਹਨੂੰ ਥੱਲੇ ਕਰ, ਉੱਥੇ ਕਰ, ਬਾਹ ਇੱਧਰ ਕਰ। ਕੋਈ ਫੋਨ ਫਾਨ ਕਰ ਲਿਆ ਉਹਨੂੰ? ਵੀ ਫੋਨ ਲਾਤੇ ਆ, ਹਜੇ ਤੱਕ ਨਹੀਂ ਕੋਈ ਜਵਾਬ ਦਿੱਤਾ। ਮੈਂ ਤਾਂ ਬਾਹਲੀ ਪਰੇਸ਼ਾਨ ਹੋ ਗਈ, ਮੈਨੂੰ ਨਹੀਂ ਸੀ ਪਤਾ ਵੀ ਆਹ ਵੀ ਦਿਨ ਦੇਖਣੇ ਪੈਣੇ ਨੇ। ਇਹ ਸਭ ਤੇਰਾ ਕਰਿਆ ਕਰਾਇਆ ਹੈ? ਸਾਰੀ ਆਈ ਮਾੜਾ ਮੇਰੇ ਸਿਰ ਸੁੱਟ ਦੇ ਹੁਣ। ਕਿਹਦੇ ਸਿਰ ਸੁੱਟਾ ਮੈਂ? ਹਾਏ ਰੱਬਾ ਮੇਰਿਆ, ਕੁੜੀ ਨੂੰ ਆਹ ਚਾਹੀਦਾ, ਕੁੜੀ ਨੂੰ ਆਹ ਚਾਹੀਦਾ, ਮੈਨੂੰ ਇੰਨੇ ਪੈਸੇ ਚਾਹੀਦੇ ਨੇ। ਰੁਕ ਜਾ, ਕਿੱਥੋਂ ਆਈ ਹੈ? ਆਹ ਟਾਈਮ ਤੇਰਾ ਕਾਲਜ ਤੋਂ ਆਉਣ ਦਾ ਆ? ਸ਼ਕਲ ਦੇਖਦੇ ਨੇ ਕਿਵੇਂ ਬਣਾਈ ਹੈ? ਮੈਨੂੰ ਸ਼ਰਮ ਨਹੀਂ ਆਉਂਦੀ, ਆਹ ਕੁਛ ਕਰਦੀ ਨੇ ਸਾਨੂੰ? ਆ ਕੀ ਆ, ਕੀ ਆ ਤੇਰੀ ਅਲਮਾਰੀ ਤੇ ਨਿਕਲ ਆ, ਸਾਨੂੰ ਬੈਂਕੋ ਬਣਾ ਲਈ, ਮੈਨੂੰ ਕਹਿੰਦੇ ਕੰਮ ਵਾਲੀ ਪੈਸੇ ਚੱਕ ਕੇ ਲੈ ਗਏ, ਕੰਮ ਵਾਲੀ ਲੈ ਕੇ ਗਈ ਸੀ ਚੱਕ ਕੇ ਪੈਸੇ, 4000 ਰੁਪਇਆ ਵੀ ਇਹਨੇ ਚੱਕਿਆ ਸੀ ਦਿਨ। ਬਸ ਬੇਟਾ, ਡੈਡੀ ਮੈਨੂੰ ਨਹੀਂ ਪਤਾ ਕੀ ਦਾਂਗਾ ਤੇਰਾ। ਮੈਂ ਸਮਝਾ ਰਿਹਾ, ਬੇਵਕੂਫ ਨਾ ਬਣਾ, ਮੈਂ ਤੈਨੂੰ ਢਿੱਡੋ ਜਨਮ ਦਿੱਤਾ। ਮੈਂ ਇਹਨੂੰ ਸਮਝਾ ਰਿਹਾ, ਤੂੰ ਚੁੱਪ ਰਹਿ ਬੇਟਾ, ਸਮਝਾ ਲਾ ਜੇ ਸਮਝਦੀ ਆ। ਪੁੱਤ ਤੈਨੂੰ ਕਿਹਨੇ ਲਾਇਆ ਇਹ? ਦੇਖ ਕੋਈ ਗੱਲ ਨਹੀਂ, ਕਾਲਜ ਦੇ ਵਿੱਚ ਸਭ ਕੁਝ ਚੱਲਦਾ, ਮੇਰਾ ਸ਼ੇਰ ਚਿੱਟੇ ਤੇ ਲਾ ਕੇ ਰੱਖਤੀ,
ਪਤਾ ਨਹੀਂ ਕਿਹਦਾ ਬੇੜਾ ਬੈਠਾ। ਡੈਡੀ ਕਾਲਜ ਚ ਨਾ ਮੇਰੇ ਨਾਲ ਇੱਕ ਮੁੰਡਾ ਪੜਦਾ ਦੀਪ, ਉਹ ਇਹ ਸਭ ਕਰਦਾ ਸੀ, ਉਹ ਲਾਉਂਦਾ ਸੀ ਨਸ਼ੇ। ਫਿਰ ਨਾ ਹੌਲੀ ਹੌਲੀ ਮੇਰੀ ਜਦੋਂ ਉਹਦੇ ਨਾਲ ਦੋਸਤੀ ਪਈ, ਉਹਨੇ ਮੈਨੂੰ ਵੀ ਇਹ ਕੰਮ ਤੇ ਲਾਤਾ। ਪੈਸੇ ਵੀ ਉਹ ਹੀ ਕਹਿੰਦਾ ਹੁੰਦਾ ਸੀ ਘਰੋਂ ਚੱਕ ਕੇ ਲਿਆ। ਮੇਰੇ ਘੋਟੇ ਵੀ ਇਹੀ ਲੈ ਕੇ ਗਈ ਆ। ਕੋਈ ਗੱਲ ਨੀ, ਕਾਲਜਾਂ ਦੇ ਵਿੱਚ ਇਹ ਸਭ ਕੁਛ ਚੱਲਦਾ ਪੁੱਤ। ਕੋਈ ਗੱਲ ਨੀ, ਤੂੰ ਦੀਪ ਨੂੰ ਬੁਲਾ ਸਕਦੀ ਹੈ, ਜੇ ਸਾਨੂੰ ਮੁੰਡਾ ਪਸੰਦ ਹੋਇਆ ਤੇਰਾ ਵਿਆਹ ਵੀ ਕਰ ਦੂ ਮੈਂ ਉਹਦੇ ਨਾਲ। ਮੈਂ ਨਸ਼ੇ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਨਾ। ਚੁੱਪ, ਉਹਨੇ ਦੀ ਜ਼ਿੰਦਗੀ ਖਰਾਬ ਕਰਕੇ ਰੱਖੀ ਤੇ ਹੁਣ ਮੈਨੂੰ ਲੈ ਰਹਿੰਦਾ। ਚੁੱਪ। ਡੈਡੀ ਉਹ ਕਹਿੰਦਾ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ। ਕੋਈ ਗੱਲ ਨਹੀਂ ਪੁੱਤ, ਤੂੰ ਦੀਪ ਨੂੰ ਫੋਨ ਲਾ, ਮੈਂ ਉਹਨੂੰ ਦੇਖਣਾ ਚਾਹੁੰਦਾ ਕਿਹੋ ਜਿਹਾ ਮੁੰਡਾ ਉਹ। ਠੀਕ ਹੈ, ਤੂੰ ਉਹਨੂੰ ਫੋਨ ਲਾ ਕੇ ਉਹਨੂੰ ਹੁਣੇ ਘਰੇ ਬੁਲਾ ਪੁੱਤ। ਠੀਕ ਹੈ ਡੈਡੀ। ਇਹੋ ਜਿਹਾ ਨਸ਼ਈ ਨਾਲ ਤੋਰ ਦੇਈ ਇਹਨੂੰ। ਤੂੰ ਚੁੱਪ ਕਰ ਜਾ, ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਆ ਉਹਦੀ ਵੀ ਸਾਡੀ ਵੀ। ਕੁੜੀ ਫੋਨ ਲਾ ਰਹੀ ਹੈ, ਤੂੰ ਚੁੱਪ ਕਰ ਜਾ। ਮੈਂ ਕਿਸੇ ਨੂੰ ਨਹੀਂ ਮਿਲਣਾ। ਦੇਖ ਲਾ ਚੱਕਦਾ ਨਹੀਂ ਫੋਨ, ਕਰਾਊਗਾ ਇਹਦੇ ਨਾਲ ਵਿਆਹ। ਕਰਾਊਗਾ? ਹੈਲੋ ਹੈਲੋ ਦੀਪ, ਨਾ ਤੂੰ ਕਿਵੇਂ ਬੁਲਾ ਲਿਆ ਮੈਨੂੰ ਅੱਜ, ਘਰੇ ਹੈ ਨੀ ਕੋਈ? ਸਾਰੇ ਘਰੇ ਆ। ਘਰੇ ਤਾਂ ਸਾਰੇ ਹੀ ਆ, ਤੂੰ ਮੇਰੀ ਕੁੜੀ ਨੂੰ ਨਸ਼ੇ ਤੇ ਲਾਇਆ ਨਾ। ਮੈਂ ਮੂੰਹ ਕੋਈ ਨਹੀਂ ਲਾਇਆ ਨਾਲੇ। ਇਹਦਾ ਇਹੀ ਨਤੀਜਾ ਹੋਣਾ ਚਾਹੀਦਾ ਸੀ। ਮੈਨੂੰ ਲੱਗਦਾ ਮਰ ਗਿਆ। ਕੋਈ ਗੱਲ ਨਹੀਂ, ਦੇਖੀ ਜਾਓ, ਤੁਸੀਂ ਚਲੋ ਅੰਦਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੰਦਾ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਛੋਟੀ ਜਿਹੀ ਗਲਤੀ ਕਰ ਬੈਠਦਾ ਅਤੇ ਉਹ ਗਲਤੀ ਦਾ ਸਾਨੂੰ ਖਮਿਆਜਾ ਬਹੁਤ ਵੱਡਾ ਭੁਗਤਣਾ ਪੈਂਦਾ ਆ। ਸੋ ਸਾਡਾ ਮੇਨ ਮਕਸਦ ਵਾ ਜਿਹੜਾ ਵੀਡੀਓ ਬਣਾਉਣ ਦਾ, ਕੋਈ ਇਹ ਤੁਹਾਡਾ ਮਨੋਰੰਜਨ ਕਰਨਾ ਹੀ ਆ। ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ। ਖੀਵਾ ਟੀਵੀ ਅਤੇ ਕੈਮਜ਼ੋਨ ਮੀਡੀਆ ਯੂਟਿਊਬ 'ਤੇ ਚੈਨਲ ਨੇ, ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਨਵੇਂ ਨਵੇਂ ਆਪਣੇ ਸੁਝਾਅ ਦੇਣੇ ਕਮੈਂਟ ਕਰਕੇ ਦੱਸਣਾ। ਜਿਹੜੀਆਂ ਸਾਡੇ ਵਿੱਚ ਖਾਮੀਆਂ ਆ ਕਮੀਆਂ ਆ ਉਹਨਾਂ ਬਾਰੇ ਵੀ ਜ਼ਰੂਰ ਦੱਸਣਾ। ਅਸੀਂ ਆਪਣੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਮੀਆਂ ਨੂੰ। ਅਤੇ ਸਾਡੀਆਂ ਵੀਡੀਓ ਨੂੰ ਦੇਖਦੇ ਰਹੋ, ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ। ਹਰੀਸ਼ ਜੀ ਬੋਲੋ। ਬਸ ਮੈਡਮ ਨੇ ਸਭ ਕੁਛ ਬੋਲ ਹੀ ਦਿੱਤਾ, ਦੁਬਾਰਾ ਤੋਂ ਫਿਰ ਕਹਿ ਰਿਹਾ ਕੈਮਜ਼ੋ ਮੀਡੀਆ ਅਤੇ ਖੀਵਾ ਟੀਵੀ ਚੈਨਲ ਯੂਟਿਊਬ ਚੈਨਲ ਨੇ, ਇਹਨਾਂ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਜ਼ਰੂਰ ਕਰੋ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਤੁਸੀਂ ਸਾਨੂੰ ਸੁਝਾਅ ਦਿੰਦੇ ਹੋ ਤਾਂ ਅਸੀਂ ਵੀਡੀਓ ਬਣਾਉਂਦੇ ਹਾਂਗੇ। ਇੱਕ ਪੇਜ ਵੀ ਹੈ ਗੋਲਡੀ ਖੀਵਾ ਅਫੀਸ਼ੀਅਲ ਪੇਜ ਆ, ਉਹ ਪੇਜ ਨੂੰ ਵੀ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰ ਲਓ। ਫੇਸਬੁੱਕ ਤੇ? ਹਾਂ ਫੇਸਬੁੱਕ ਤੇ, ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ, ਜੇ ਯੂਟਿਊਬ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਆਪਣਾ ਵੈਲਿਊਏਬਲ ਕਮੈਂਟ ਜਿਹੜਾ ਜ਼ਰੂਰ ਛੱਡਿਓ। ਇਹ ਵੀਡੀਓ ਦਾ ਅਗਲਾ ਪਾਰਟ ਹੋਰ ਵੀ ਮਜ਼ੇਦਾਰ ਲੈ ਕੇ ਆਵਾਂਗੇ, ਜੇ ਤੁਹਾਡੇ ਵਧੀਆ ਕਮੈਂਟ ਆਏ ਵਧੀਆ ਵਿਊਜ਼ ਆਏ।
ਜੇ ਕਿਸੇ ਸਾਡੇ ਦਰਸ਼ਕ ਕੋਲ ਬਹੁਤ ਵਧੀਆ ਸਟੋਰੀਆਂ ਨੇ, ਕਈ ਸਟੋਰੀਆਂ ਲਿਖਣ ਦੇ ਸ਼ੌਕੀਨ ਹੁੰਦੇ ਨੇ, ਉਹ ਵੀ ਸਾਨੂੰ ਟੈਲੀਫੋਨ 'ਤੇ ਦੱਸ ਸਕਦੇ ਨੇ, ਇਨਬੋਕਸ ਵਿੱਚ ਦੱਸ ਸਕਦੇ ਨੇ, ਅਸੀਂ ਉਹਨਾਂ ਦੀਆਂ ਸਟੋਰੀਆਂ 'ਤੇ ਵੀ ਕੰਮ ਕਰਾਂਗੇ। ਥੈਂਕ ਯੂ ਸੋ ਮੱਚ। ਥੈਂਕ ਯੂ।